ਬੱਸੀ ਪਠਾਣਾ ਦੇ ਪਿੰਡ ਹਿੰਮਤਪੁਰਾ ਵਿਖੇ ਦੇਰ ਸ਼ਾਮ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਅਤੇ ਇੱਕ ਪੋਥੀ ਅਗਨ ਭੇਂਟ ਹੋ ਗਏ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਸ਼ਾਮੀ 6 ਵਜੇ ਆਏ ਤਾਂ ਦਰਵਾਜ਼ੇ ਨੂੰ ਲੱਗੇ ਜਿੰਦਰਾ ਖੋਲ੍ਹਣ ਤੋਂ ਬਾਅਦ ਦੇਖਿਆ ਤਾਂ ਉੱਪਰ ਧੂੰਆਂ ਅਤੇ ਅੱਗ ਲੱਗੀ ਹੋਈ ਸੀ, ਜਿਸ ਤੋਂ ਬਾਅਦ ਉਸਨੇ ਲੋਕਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁਖ ਸਿੰਘ ਅਤੇ ਪਿੰਡ ਨਿਵਾਸੀਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਸਾਰੇ ਇਕੱਤਰ ਹੋ ਗਏ। ਇਸ ਮੌਕੇ 'ਤੇ ਲੋਕਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁਖ ਸਿੰਘ ਨੇ ਦੱਸਿਆ ਕਿ ਸਾਰੇ ਪਿੰਡ ਨਿਵਾਸੀਆਂ ਨੇ ਪਾਣੀ ਪਾ ਕੇ ਅੱਗ ਬੁਝਾਈ ਅਤੇ ਅੱਗੋਂ ਹੋਣ ਵਾਲੇ ਨੁਕਸਾਨ 'ਤੇ ਕਾਬੂ ਪਾ ਲਿਆ। ਇਸ ਘਟਨਾ ਦੀ ਸੂਚਨਾ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਪਿੰਡ ਹਿੰਮਤਪੁਰਾ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਜਗਦੀਪ ਸਿੰਘ ਚੀਮਾ ਨੇ ਦੱਸਿਆ ਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਿੰਘ ਸਾਹਿਬਾਨ ਆ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਅਤੇ ਪੋਥੀ ਸਾਹਿਬ ਨੂੰ ਗੁਰਮਰਿਆਦਾ ਅਨੁਸਾਰ ਸ਼੍ਰੀ ਗੋਇੰਦਵਾਲ ਸਾਹਿਬ ਲੈ ਕੇ ਜਾਣਗੇ, ਜਿੱਥੇ ਇਹਨਾਂ ਦਾ ਮਰਿਆਦਾ ਅਨੁਸਾਰ ਸੰਸਕਾਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਨਗਰ ਪੰਚਾਇਤ ਅਤੇ ਲੋਕਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਹਿਜ ਪਾਠ ਆਰੰਭ ਕਰਾਇਆ ਜਾਵੇਗਾ। ਸਵਾ ਸ਼ਿਵਿਆਂ 'ਤੇ ਜਿੰਦਾ ਖੋਲ੍ਹਿਆ, ਜਿੰਦਾ ਖੋਲ੍ਹਦੇ ਅਚਾਨਕ ਮੇਰੀ ਸਿੱਧੀ ਨਿਗਾਹ ਗਈ ਮਹਾਰਾਜ ਦੇ ਸਰੂਪਾਂ 'ਤੇ, ਅਤੇ ਉਦੋਂ ਮੈਨੂੰ ਪਤਾ ਲੱਗਿਆ ਵੀ ਇਹ ਅੱਗ ਲੱਗੀ। ਫਿਰ ਮੈਂ ਜਾ ਕੇ ਮੁੰਡੇ ਨੂੰ ਬੁਲਾਇਆ ਅਤੇ ਇਹਨਾਂ ਨੂੰ ਫੋਨ ਕਰਾਇਆ ਅਤੇ ਸ਼ੇਰ ਸਿੰਘ ਗੁਰੂ ਕਮੇਟੀ ਅਤੇ ਲਾਲੇ ਨੂੰ ਬੰਦਾ ਭੇਜਿਆ ਬੁਲਾਉਣ ਵਾਸਤੇ। ਜਦੋਂ ਫਿਰ ਸਾਰੇ ਇਕੱਠੇ ਧੂੰਆਂ ਪਾਓ ਸੀ, ਲਾਟਾਂ ਨਿਕਲਦੀਆਂ ਸੀ ਅੱਗ ਨੂੰ, ਇਹ 6 ਵਜੇ ਨਹੀਂ ਨਿਕਲਦੀ ਸੀ। ਸਾਨੂੰ ਪਤਾ ਲੱਗਿਆ ਜਦੋਂ ਮੈਂ ਆਣ ਕੇ ਜਿੰਦਾ ਖੋਲ੍ਹਿਆ, ਜਾਲੀ ਜਾਲੀ ਜਿੰਦਾ ਲਾਉਂਦੇ ਦੂਜੇ ਨੂੰ ਜਿੰਦਾ ਲਾਉਂਦੇ, ਜੋ ਜਿੰਦਾ ਖੋਲ੍ਹਿਆ ਅਤੇ ਜਦੋਂ ਦੇਖਿਆ ਮੈਂ ਸਾਹਮਣੇ ਅਤੇ ਧੂੰਏ ਧੂੰਆਂ ਅਤੇ ਲਾਟਾਂ ਨਿਕਲਣ, ਅਤੇ ਲਾਟਾਂ ਨਿਕਲਣ ਦੇ ਨਾਲ ਉਪਰੰਤ ਫਿਰ ਮੈਂ ਮੁੰਡੇ ਨੂੰ ਬੁਲਾ ਕੇ ਫੋਨ ਕੀਤਾ ਪ੍ਰਧਾਨ ਜੀ ਨੂੰ, ਉਸ 'ਤੇ ਉਪਰੰਤ ਮੈਂ ਸ਼ੇਰ ਸਿੰਘ ਨੂੰ ਬੁਲਾਉਣ ਗਿਆ, ਅਤੇ ਉਸ 'ਤੇ ਉਪਰੰਤ ਲਾਲਾ ਜੀ ਨੂੰ ਮੈਂ ਉਹਦੀ ਗੁੱਡੀ ਸੀ ਵੱਡੀ ਉਹਨੂੰ ਭੇਜਿਆ ਵੀ ਬੁਲਾ ਕੇ ਲੋਕ ਜਿਹੜੀ ਇਕੱਠੇ ਹੋ ਗਏ ਸਾਰੇ। ਕਾਰਨ ਤਾਂ ਪੱਖੇ ਦਾ ਹੀ ਦੇਖੀ ਗਈ ਸੀ, ਅਤੇ ਉਹਦੇ ਉਪਰੰਤ ਸੀ ਫਿਰ ਪਾਣੀ ਨੁਕਸਾਨ ਤੋਂ ਦੋ ਮਾਰਾ ਦੀ ਸਵਾਰੀ ਨੂੰ ਦੇਖੀ। ਮੈਂ ਹਿੰਮਤਪੁਰ ਜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨਗੀ ਦਾ ਉਹਦਾ ਜੀ, ਜਦੋਂ ਗ੍ਰੰਥੀ ਸਿੰਘ ਨੇ ਮੈਨੂੰ ਕਾਲ ਕੀਤੀ ਜੀ ਵੀ ਗੁਰਦੁਆਰਾ ਸਾਹਿਬ 'ਚ ਅੱਗ ਲੱਗੀ ਹੈ, ਆਏ ਸੀ ਜੀ ਆਪਣਾ 6:15 ਦੇ ਕਰੀਬ, ਅਤੇ ਇਹਨਾਂ ਨੇ ਜਦੋਂ ਕਾਲ ਕੀਤੀ ਜਦੋਂ ਸਾਰੇ ਪਿੰਡ ਦੇ ਪਦਵੰਤੇ ਸੱਜਣ ਜੀ ਮੌਕੇ 'ਤੇ ਪਹੁੰਚੇ ਜੀ, ਜਦੋਂ ਦੇਖਿਆ ਕਿ ਤਾਂ ਪੱਖਾ ਜਲ ਕੇ ਜੀ ਉੱਥੇ ਨੀਚੇ ਡਿੱਗੇ ਹੋਏ, ਉਹਦੇ ਨਾਲ ਅੱਗ ਭੜਕੀ ਗਈ, ਅਤੇ ਉਹਦੇ ਵਿੱਚ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪਾਂ ਦਾ ਅਤੇ ਇੱਕ ਪੋਥੀ ਜੀ ਉਹ ਉਹਨਾਂ ਦਾ ਨੁਕਸਾਨ ਹੋ ਗਿਆ, ਇੱਕ ਅਗਨੀ ਭੇਂਟ ਹੋ ਗਿਆ। ਇਹ ਤਾਂ ਕਾਬੂ ਤਾਂ ਜਦੇ ਪਾ ਲਿਆ ਜੀ, 6:30 ਤੱਕ ਪੂਰਾ ਅੱਗ ਬੰਦ ਹੋ ਗਈ ਸੀ ਜੀ, ਜਦੋਂ ਪਿੰਡ ਵਾਸੀ ਸਾਰੇ ਆ ਕੇ ਪਦਵੰਤੇ ਸੱਜਣ ਪਹੁੰਚ ਗਏ ਜੀ। ਹਿੰਮਤਪੁਰਾ ਬੱਸੀ ਪਠਾਣਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਮਹਾਰਾਜ ਦੀਆਂ ਦੋ ਜੀਆਂ ਅਗਰ ਭੇਟ ਹੋ ਗਈਆਂ, ਇਹ 'ਚ ਸ਼ਾਮ ਨੂੰ ਤਕਰੀਬਨ 6 ਵਜੇ ਦਾ ਟਾਈਮ ਹੈ ਜਦੋਂ ਗ੍ਰੰਥੀ ਸਿੰਘ ਨੇ ਸ਼ਾਮ ਦੀ ਸੇਵਾ ਵਾਸਤੇ ਦਰਬਾਰ ਖੋਲ੍ਹਿਆ, ਔਰ ਉਹਨਾਂ ਨੇ ਦੇਖਿਆ ਵੀ ਜਿਹੜੀਆਂ ਬੀੜਾਂ ਨੇ ਉਹਨਾਂ ਨੂੰ ਅੱਗ ਲੱਗੀ ਹੋਈ ਹੈ। ਉਹਨਾਂ ਨੇ ਪਿੰਡ ਦੇ ਪਤਵੰਤੇ ਸੱਜਣ ਸਾਰੇ ਇਕੱਠੇ ਕਰਕੇ ਔਰ ਬੜੀ ਹਿੰਮਤ ਦਿਖਾਈ ਪ੍ਰਧਾਨ ਸਾਹਿਬ ਗੁਰਮੁਖ ਸਿੰਘ ਨੇ ਜੀਵਨ ਨੇ ਸਾਰਿਆਂ ਨੇ, ਔਰ ਇਹ ਜਿਹੜੀ ਅੱਗ ਹੈ ਇੱਥੇ ਕਾਬੂ ਪਾਇਆ ਗਿਆ। ਪਰ ਉਹ 'ਚ ਦੋ ਮਹਾਰਾਜ ਦੇ ਸਰੂਪਾਂ ਦਾ ਨੁਕਸਾਨ ਹੋਇਆ, ਇੱਕ ਪੋਥੀ ਦਾ ਨੁਕਸਾਨ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਸਵੇਰੇ ਆ ਕੇ ਜੋ ਪਰੰਪਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਇਹ ਬੀੜਾਂ ਨੂੰ ਗੋਬਿੰਦਵਾਲ ਸਾਹਿਬ ਲੈ ਕੇ ਜਾਣਗੇ, ਉੱਥੇ ਇਹਨਾਂ ਦਾ ਸੰਸਕਾਰ ਹੈ ਜਿਹੜਾ ਪਰੰਪਰਾ ਦੇ ਮੁਤਾਬਕ, ਜਿਹੜੀ ਸਿੱਖ ਮਰਿਆਦਾ ਦੇ ਮੁਤਾਬਕ ਉਹ ਕੀਤਾ ਜਾਏਗਾ।